ਸਕਦੇ ਆ ਮੈਂ ਆਖਰੀ ਖੜੇ ਕੀਤੇ ਹਲੋ ਸਾਡੇ ਕੋਲ ਗੱਲ ਕਰੋ ਬੋਲੋ ਗੱਲ ਕਰੋ ਨਾ ਜੋਸ਼ ਨਹੀਂ ਇਹ ਤਰੀਕਾ ਹੈ ਕਿ ਜਿਵੇਂ ਲੜਾਈ ਦੁਸ਼ਮਣ ਸਾਡਾ ਲੜਾਈ ਲੜ ਰਿਹਾ ਜਿਵੇਂ ਆਮ ਆਦਮੀ ਪਾਰਟੀ ਲੜਾਈ ਲੜੀ ਆ ਤਰੀਕੇ ਹੁੰਦੇ ਆ ਅੱਜ ਕੱਲ ਜਿਵੇਂ ਟੈਕਨੋਲੋਜੀ ਕੰਮ ਕਰਦੇ ਲੋਕ ਕਿਵੇਂ ਕਰਦੇ ਆ ਤੁਸੀਂ 500 ਰੁਪਇਆ ਲਾ ਦਿਓ ਟੈਲੀਫੋਨ ਰੋਜ਼ ਤੁਸੀਂ ਕਰੋ ਤੁਹਾਡੇ ਬੱਚੇ ਕਰਨਾ मार्केट आले तुहानू पैसे भी देणगे इकट्ठे करके ते टेलीफोन भी करनगे ये नहीं पता कदों देणगे ये दसणगे जब भी चुनाव आते हैं तो इलेक्शन फंड का जिक्र भी आ जाता है और पार्टियों द्वारा अपने कैंडिडेट के लिए काफी पैसा भी खर्च किया जाता है। यह पैसा कहां से आता है, कौन लोग ये पैसा देते हैं और क्यों देते हैं, ये आप खुद ही सीनियर अकाली नेता हीरा सिंह गाबड़िया की जुबानी सुने। ये आपको बता दें कि लुधियाना लोकसभा सीट से चुनाव लड़ रहे अकाली नेता महेश इंद्र गरेवाल आज चौड़ा बाजार की अकालगढ़ मार्केट पहुंचे, जहां पर उन्होंने एक मीटिंग को संबोधित भी किया। मैं मर्दा को लड़ाई लड़ी आ, मर्दा को लड़ते रहना। एक डॉक्टर साहब मैं तुम्हें कहना, पप्पू जी ने फोटो पाई आ मेरी इन्हें गरेवाल साहब की, कि मैं बड़ी दुखी इतने गरेवाल साहब को बधाई देनी चाहना, इन्होंने टिकट मिली आ मैं पाई आ। मैं गदार नहीं गा, मैं गरेवाल साहब भी लड़ाई इलेक्शन तक लड़ा पूरा इलेक्शन तक पूरा साथ तक जाऊंगा, लेकिन उसके बाद मेरी मतिया मैं इन्होंने तुरा के ना तुरा इलेक्शन का मेरा फर्ज बनता, मेरा धर्म बनता, जिस पार्टी ने मैंने इतों तक बचाया देखो जी। मैं इन्होंने गाबड़िया साहब ने दसिया उस तरह की गल है, कोई भी इस तरह का काम नहीं करना चाहिए जिहड़ा प्यार ते सत्कार ते बजुर्गी का सत्कार ना करे, ਉਹਦੀ ਉਸ ਗੱਲ ਦੀ ਉਹਨਾਂ ਨੂੰ ਮਾਫ਼ੀ ਮੰਗਣੀ ਚਾਹੀਦੀ। ਸਾਡੇ ਅਕਾਲੀ ਦਲ ਦੇ ਬਹੁਤ ਹੀ ਮੈਂ ਦੇਖ ਰਿਹਾ ਵਾਂ, ਅਸੀਂ ਬੱਚੇ ਸੀ ਜਦੋਂ ਇਹ ਅਕਾਲੀ ਦਲ ਦੀ ਸੇਵਾ ਕਰਦੇ ਆ ਰਹੇ ਆ, ਜੈਸੇ ਹੀਰਾ ਸਿੰਘ ਗਾਬੜੀਆ ਜੀ, ਅਤੇ ਮੇਰੇ ਤਾਂ ਕੋਈ ਦਿਮਾਗ 'ਚ ਨਹੀਂ ਨਾ ਮੈਂ ਕੋਈ ਪਾਈ ਹੈ, ਬਾਕੀ ਮੈਨੂੰ ਦਿਖਾ ਦੇਣ ਫਿਰ ਮੈਂ ਉਹਦੇ ਬਾਰੇ ਕਮੈਂਟ ਦੇ ਸਕਦਾ ਜੀ। ਮੈਂ ਕਹਿ ਰਿਹਾ ਮੈਨੂੰ ਦਿਖਾਈ ਦੇ, ਦੱਸੀ ਕਿਹੜੀ ਬੁੱਸ ਪਾਈ ਹੈ, ਹੁਣ ਮੈਨੂੰ ਤਾਂ ਪਤਾ ਨਹੀਂ ਇਸ ਬਾਰੇ ਨਾ, ਮੈਂ ਸੋਚਦਾ ਤੁਸੀਂ ਦੱਸਿਆ ਪਤਾ ਲੱਗਿਆ ਹੁਣ ਕੋਈ ਕਮੈਂਟ ਨਹੀਂ ਪਾਇਆ ਜੀ, ਕੋਈ ਦੱਸ ਜੇ ਕੋਈ ਕਮੈਂਟ ਪਾਇਆ ਤਾਂ ਮੈਂ ਉਹਦੀ ਸਜ਼ਾ ਦਾ ਹੱਕਦਾਰ ਹਾਂ ਜੀ। ਇਹ ਅਕਾਲਗੜ੍ਹ ਮਾਰਕੀਟ ਦੇ ਸ਼ੌਪਕੀਪਰ ਐਸੋਸੀਏਸ਼ਨ ਵੱਲੋਂ ਸਾਰਿਆਂ ਤੋਂ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਕਰਾਇਆ ਗਿਆ। ਇਹ ਕਿਸੇ ਇੱਕ ਬੰਦੇ ਰਹਿਨਮਾਈ ਹੇਠ ਨਹੀਂ, ਔਰ ਇਹ ਸਾਰੇ ਅਕਾਲਗੜ੍ਹ ਮਾਰਕੀਟ ਦੇ ਦੁਕਾਨਦਾਰਾਂ ਨੇ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਸਾਹਿਬ ਨੂੰ, ਅਕਾਲੀ ਦਲ ਨੂੰ, ਬੀਜੇਪੀ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਇਹ ਅਕਾਲਗੜ੍ਹ ਮਾਰਕੀਟ ਉਹਨਾਂ ਨਾਲ ਚਟਾਨ ਵਾਂਗ ਖੜੀ ਹੈ, ਤਨ ਮਨ ਧਨ ਨਾਲ ਜਿਸ ਤਰ੍ਹਾਂ ਦੀ ਵੀ ਲੋੜ ਪਊਗੀ ਅਸੀਂ ਉਸ ਤਰ੍ਹਾਂ ਦੀ ਸੇਵਾ ਕਰਾਂਗੇ, ਉਹਨਾਂ ਦੀ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦੇਵਾਂਗੇ, ਔਰ 100% ਨਹੀਂ 1000% ਉਹਨਾਂ ਨੂੰ ਵੱਡੇ ਮਾਰਜ ਨਾਲ ਜਿਤਾ ਕੇ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਭੇਜਾਂਗੇ।